ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪੰਜਾਬੀ ਸਿਲਾਈ ਸੈਂਟਰ 'ਤੇ। ਅੱਜ ਆਪਾਂ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਵੀ ਜਿਹੜਾ ਵੱਡਾ ਘੇਰ ਹੁੰਦਾ ਅਤੇ ਛੋਟਾ ਬੈਲਟ ਹੁੰਦਾ ਵੀ ਉਹਦੇ ਵਾਲ ਕਿਸ ਤਰ੍ਹਾਂ ਪਾਏ ਜਾਂਦੇ ਆ। ਜਿਵੇਂ ਕਿ ਆਹ ਦੇਖੋ ਤੁਹਾਡੇ ਸਾਹਮਣੇ ਆ, ਬੈਲਟ ਛੋਟਾ ਗਾ ਅਤੇ ਘੇਰ ਦੇਖੋ, ਹਜੇ ਇਹਦੇ ਸਿਲਾਈ ਆਪਾਂ ਨੇ ਲਾਉਣੀ, ਯਾਨੀ ਕਿ ਮੂਰੀ ਵਗੈਰਾ ਬਣਾਉਣੀ ਆ, ਇਹਦਾ ਘੇਰ ਬਹੁਤ ਜ਼ਿਆਦਾ ਵੱਡਾ ਗਾ। ਇਸ ਤਰੀਕੇ ਨਾਲ ਵੀ ਜਦੋਂ ਸਲਵਾਰ ਆਉਂਦੀ ਆ ਵੀ ਉਹਨੂੰ ਆਪਾਂ ਕਿਸ ਤਰ੍ਹਾਂ ਸੈੱਟ ਕਰੀਏ। ਕਈ ਵਾਰ ਨਾ ਆਪਾਂ ਤੋਂ ਜਿਹੜੀ ਬੈਲਟ ਆ ਵਾਲ ਆ ਉਹ ਸਹੀ ਨਹੀਂ ਪੈਂਦੇ, ਕਿਉਂਕਿ ਜਿਹੜਾ ਘੇਰ ਹੁੰਦਾ ਉਹ ਵੱਡਾ ਹੁੰਦਾ ਬਹੁਤ ਜ਼ਿਆਦਾ, ਅਤੇ ਬਾਲ ਜਿਹੜਾ ਬੈਲਟ ਹੁੰਦਾ ਉਹ ਛੋਟਾ ਹੁੰਦਾ ਗਾ, ਤਾਂ ਕਰਕੇ ਆਪਾਂ ਨੂੰ ਦਿੱਕਤ ਆਉਂਦੀ ਆ। ਇਸ ਵੀਡੀਓ 'ਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਵਾਲ ਪਾਉਣੇ ਆ, ਜਿਹੜਾ ਛੋਟਾ ਵਾਲ ਹੁੰਦਾ ਬੈਲਟ ਹੁੰਦਾ ਗਾ ਅਤੇ ਉਹਦਾ ਕਰੀਜ ਦਾ ਵਾਲ ਕਿੰਨੇ ਇੰਚ 'ਤੇ ਪੈਂਦਾ ਗਾ, ਇਸ ਵੀਡੀਓ 'ਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ। ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਣਾ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ। ਚਲੋ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ। ਹਾਂਜੀ, ਅੱਜ ਆਪਾਂ ਪਾਵਾਂਗੇ ਛੋਟੇ ਬੈਲਟ ਦੇ ਵਾਲ ਕਿਸ ਤਰ੍ਹਾਂ ਪਾਈ ਜਾਂਦੇ, ਵੱਡਾ ਘੇਰਾ ਛੋਟਾ ਬੈਲਟ ਆ ਵੀ ਕਿਸ ਤਰ੍ਹਾਂ ਸੈੱਟ ਕਰਿਆ ਜਾਂਦਾ। ਪਹਿਲਾਂ ਆਪਾਂ ਬੈਲਟ ਨੂੰ ਧਰ ਲਵਾਂਗੇ, ਫਿਰ ਆਪਾਂ ਨਿਸ਼ਾਨ ਲਾਉਣੇ ਆ। ਨਿਸ਼ਾਨ ਆਪਾਂ ਨੇ ਦੋਨੇ ਸਾਈਡ ਲਾਉਣੇ ਆ। ਹੁਣ ਦੋਨੇ ਸਾਈਡ ਆਪਾਂ ਲਾਵਾਂਗੇ ਨਿਸ਼ਾਨ। ਨਿਸ਼ਾਨ ਲਾ ਕੇ ਉਸ ਤੋਂ ਬਾਅਦ ਬੈਲਟ ਪਰਾਂ ਕਰ ਦਾਂਗੇ ਅਤੇ ਇੱਧਰ ਆਪਾਂ ਲਾਵਾਂਗੇ 6 ਇੰਚ ਦਾ ਨਿਸ਼ਾਨ। ਇਹ ਜਿਹੜਾ ਨਿਸ਼ਾਨ ਇਹ ਹੈਗਾ ਬੈਕ ਦੇ ਵਾਲ ਪਾਉਣ ਵਾਸਤੇ ਨਿਸ਼ਾਨ ਲਾਇਆ ਆਪਾਂ ਨੇ। ਜੇ ਕੱਪੜਾ ਘੱਟ ਆ ਤੁਸੀਂ ਇੱਥੇ 5 ਇੰਚ ਦਾ ਨਿਸ਼ਾਨ ਲਾ ਲਓ, ਫਿਰ ਜੇ ਕੱਪੜਾ ਜ਼ਿਆਦਾ ਫਿਰ 6 ਇੰਚ ਦਾ ਲਾ ਲਓ ਜਿਵੇਂ ਆਪਾਂ ਨੇ ਲਾਇਆ। ਠੀਕ ਆ ਜੀ, ਇਹ ਨਿਸ਼ਾਨ ਦੁਬਾਰਾ ਫਿਰ ਦੱਸਦੇ ਹਾਂ। ਜਿਹੜਾ ਇਹ ਨਿਸ਼ਾਨ ਹੁੰਦਾ ਇਹ ਬੈਕ ਦੇ ਵਾਲਾਂ ਵਾਸਤੇ ਹੁੰਦਾ, ਜਿਹੜਾ ਬੈਕ 'ਤੇ ਆਪਾਂ ਵਾਲ ਪਾਉਣੇ ਆ ਨਾ ਉਹਦੇ ਵਾਸਤੇ ਆ। ਉਸ ਤੋਂ ਬਾਅਦ ਆਪਾਂ ਲੈ ਲਾਂਗੇ ਬੈਲਟ। ਬੈਲਟ ਦਾ ਅੱਧ ਕਰਨਾ ਆਪਾਂ ਨੇ, ਅੱਧ ਕਰਕੇ ਆਪਾਂ 3 ਇੰਚ ਛੱਡ ਦੇਣਾ। ਨਿਸ਼ਾਨ ਲਾ ਲਿਆ ਆਪਾਂ, 3 ਇੰਚ ਛੱਡਤਾ। ਜਿਹੜਾ ਛੱਡਿਆ ਨਿਸ਼ਾਨ 'ਤੇ, ਅਤੇ ਆਪਾਂ ਜਿਹੜੀ ਆ ਸਿਲਾਈ ਆ ਵਿਚਾਲੀ ਇਹ 'ਤੇ ਆਪਾਂ ਨੇ ਮਿਹਨਤੀ ਕਰਨੀ ਆ। 7 ਇੰਚ ਦਾ ਦੇਖੋ ਇਹ ਪੀਸ ਆ ਸਾਰਾ, ਇਹ ਜਿਹੜਾ ਇਹ ਆਪਾਂ ਨੇ ਛੱਡਿਆ ਹੈਗਾ ਨਾ, ਇਹ ਹਰ ਇੱਕ ਸਲਵਾਰ 'ਤੇ 3 ਇੰਚ ਹੀ ਛੱਡਿਆ ਜਾਊ, ਚਾਹੇ ਕਿੱਡਾ ਮਰਜ਼ੀ ਬੈਲਟ ਆ, ਛੋਟਾ ਵੱਡਾ ਕਿੱਡਾ ਮਰਜ਼ੀ ਬੈਲਟ ਆ, 3 ਇੰਚ ਆਪਾਂ ਨੇ ਛੱਡਣਾ ਹੈਗਾ। ਅਤੇ ਹੁਣ ਆਪਾਂ 7 ਇੰਚ 'ਚ ਦੇਖੋ ਵਲ ਪਾਉਣੇ ਆ ਇਹਦੇ, ਅਤੇ ਜਿਹੜਾ ਇਹਦਾ ਕਰੀਜ ਦਾ ਵਲ ਹੋਊਗਾ ਉਹ ਪਊਗਾ 4 ਇੰਚ 'ਤੇ, 4 ਇੰਚ 'ਤੇ ਇਹਦੇ ਕਰੀਜ ਦਾ ਵਲ ਪਊਗਾ। ਠੀਕ ਆ ਜੀ, ਕਿਉਂਕਿ ਇਹ ਬੈਲਟ ਛੋਟਾ ਹੈਗਾ। ਬੈਲਟ ਆਪਾਂ ਦੱਸਦੇ ਹਾਂ ਕਿੰਨਾ ਗਾ, ਬੈਲਟ ਸਾਰਾ 20 ਇੰਚ ਦਾ ਬੈਲਟ ਆ ਇਹ। ਹੁਣ ਇੱਕ ਸਾਈਡ ਆਪਾਂ ਨਿਸ਼ਾਨ ਲਾਇਆ ਸੀ, ਦੂਜੀ ਸਾਈਡ ਆਪਾਂ ਮਸ਼ੀਨ 'ਚ ਥੱਲੇ ਇਹ ਧਰਾਂਗੇ ਕੱਪੜਾ। ਪਹਿਲਾਂ ਜਿਹੜੇ ਵਲ ਪਾਉਣੇ ਆ ਉਹ ਪਾਉਣੇ ਆ, ਯਾਨੀ ਕਿ ਘੱਟ ਕੱਪੜਾ ਚੱਕ ਕੇ ਕੱਪੜਾ ਘੱਟ ਚੱਕਾਂਗੇ, ਅਤੇ ਵਲ ਹੁਣ ਆਪਾਂ ਕੋਲੇ ਕੋਲੇ ਪਾਵਾਂਗੇ, ਕਿਉਂਕਿ ਜਿਹੜਾ ਇਹ ਕੱਪੜਾ ਕੱਪੜਾ ਹੈ ਬਹੁਤ ਵੀ ਯਾਨੀ ਕਿ ਘੇਰੇ ਦਾ ਵੱਡਾ ਗਾ ਅਤੇ ਜਿਹੜਾ ਬੈਲਟ ਆ ਉਹ ਛੋਟਾ ਗਾ। ਤਾਂ ਫਿਰ ਇਹਨੂੰ ਆਪਾਂ ਇੱਕ ਤਰੀਕੇ ਦੇ ਨਾਲ ਵੀ ਯਾਨੀ ਕਿ ਵਲ ਇਕੱਠੇ ਕਰਨੇ ਆ, ਵੀ ਐਂ ਨਹੀਂ ਹੈਗਾ ਵੀ ਆਪਾਂ ਇੱਕ ਥਾਂ ਹੀ ਸਾਰੇ ਵਲ ਇਕੱਠੇ ਕਰ ਦਾਂਗੇ। ਵਲ ਬਿਲਕੁਲ ਕੋਲੇ ਕੋਲੇ ਪਾਵਾਂਗੇ। ਚਾਰ ਇੰਚ 'ਤੇ ਆਪਾਂ ਕਰੀਜ ਦਾ ਵਲ ਪਾਉਣਾ ਹੁਣ ਇਹਦਾ, ਲਓ ਜੀ ਇਹ 4 ਇੰਚ 'ਤੇ ਇਹ ਆਪਣਾ ਕਰੀਜ ਦਾ ਵਲ ਪੈ ਗਿਆ।
ਹੁਣ ਜਿਹੜਾ ਮਾਗਰ ਕੱਪੜਾ ਰਹਿ ਗਿਆ ਇਹ ਆਪਾਂ 7 ਇੰਚ 'ਚ ਇਕੱਠਾ ਕਰਨਾ। ਇਹ ਵਾਲ ਜਿਹੜੇ ਮਾਗਰਲੇ ਵਾਲਾ, ਇਹ ਚਾਹੇ ਤੁਸੀਂ ਵੱਡੇ ਪਾਲੋ ਚਾਹੇ ਛੋਟੇ ਵਾਲ ਪਾਲੋ, ਇਹਦਾ ਕੋਈ ਚੱਕਰ ਨਹੀਂ। ਪਰ ਜਿਹੜੇ ਮੂਰਲੇ ਵਾਲ ਹੁੰਦੇ ਆ, ਇਹਨਾਂ ਦਾ ਮੇਨ ਕਾਰਨ ਹੁੰਦਾ ਵੀ ਇਹ ਸਹੀ ਤਰੀਕੇ ਨਾਲ ਆਪਣੇ ਵਾਲ ਪੈ ਜਾਣ। 7 'ਚ ਪਾਉਣੇ ਆ, ਯਾਨੀ ਕਿ 3 ਵਾਲ ਆਪਣੇ ਹੋਰ ਪੈਣਗੇ। ਲਓ ਜੀ, 7 ਇੰਚ ਆਪਣੇ ਜਿਹੜੇ ਵਾਲ ਪੈ ਗਏ। ਹੁਣ ਇਹੀ ਤਰੀਕਾ ਆਪਾਂ ਨੇ ਦੂਜੀ ਸਾਈਡ ਵਰਤਣਾ ਗਾ। ਜੇ ਇੱਕ ਵਾਰੀ ਨਾ ਸਮਝ ਜਾਵੇ ਤਾਂ ਦੁਬਾਰੇ ਤੁਸੀਂ ਹੁਣ ਦੁਬਾਰੇ ਫਿਰ ਦੇਖੋ ਵੀ ਆਪਾਂ ਕਿਵੇਂ ਵਾਲ ਪਾਉਣੇ ਆ। ਪਹਿਲਾਂ ਦੇਖੋ ਛੋਟੇ ਵਾਲ ਪਾਉਣੇ ਆ, ਯਾਨੀ ਕਿ ਘੱਟ ਕੱਪੜਾ ਚੱਕਣਾ ਗਾ, ਘੱਟ ਕੱਪੜਾ ਚੱਕਣਾ, ਵਾਲ ਨਾਲ ਨਾਲ ਪਾਉਣੇ ਆਪਾਂ ਨੇ ਥੋੜ੍ਹੀ ਥੋੜ੍ਹੀ ਵਿੱਥੀ 'ਤੇ। ਹੁਣ 2-3 ਵਾਲ ਆਪਾਂ ਨੇ ਛੋਟੇ ਪਾਤੇ ਅਤੇ ਹੁਣ ਆਪਾਂ ਕੱਪੜਾ ਜ਼ਿਆਦਾ ਲਵਾਂਗੇ। ਬਸ ਐਂ ਦੇਖੋ ਵਾਲ ਚੱਕੀ ਜਾਓ ਅਤੇ ਐਂ ਪਾਈ ਜਾਓ। ਜੇ ਨਾ ਸਾਬ ਚ ਆਵੇ ਤਾਂ ਇਹਦੇ ਨਿਸ਼ਾਨ ਵੀ ਲੱਗ ਜਾਂਦੇ ਆ, ਜਿਵੇਂ 2-2 1.5-1.5 ਇੰਚ ਦੇ, ਤਾਂ ਉਹ ਤਰੀਕੇ ਨਾਲ ਵੀ ਤੁਸੀਂ ਪਾ ਸਕਦੇ ਹੋ। ਪਰ ਇਹ ਬਿਲਕੁਲ ਸੌਖਾ ਤਰੀਕਾ ਹੈਗਾ ਵਾਲ ਪਾਉਣ ਦਾ। ਲਓ ਜੀ, ਹੁਣ ਆਪਾਂ ਪਾਉਣਾ ਕਰੀਜ ਦਾ ਵਾਲ। 4 ਇੰਚ 'ਤੇ ਆਊਗਾ ਕਰੀਜ, ਵੈਸੇ ਤਾਂ ਦੇਖੋ 5.5 ਇੰਚ 'ਤੇ ਆਉਂਦਾ ਹੁੰਦਾ ਗਾ। ਜੇ ਸਮਝ ਲਓ ਵੱਡਾ ਵਾਲ ਵੱਡਾ ਬੈਲਟ ਹੋਵੇ, ਜਿਵੇਂ 22 ਇੰਚ ਦਾ ਹੋ ਗਿਆ, 23 ਇੰਚ ਦਾ ਹੋ ਗਿਆ, 5-5.5 'ਤੇ ਪੈ ਜਾਂਦਾ ਗਾ, ਕਿਉਂਕਿ ਇਹ ਬੈਲਟ ਛੋਟਾ ਗਾ ਅਤੇ ਤਾਂ ਆਪਾਂ ਇਹ ਜਿਹੜਾ ਕਰੀਜ ਆ ਇਹ 4 ਇੰਚ 'ਤੇ ਪਾਇਆ ਗਾ। ਜਿਹੜਾ ਇਹ ਦਬਾਅ ਵੀ ਆਪਾਂ ਦੇਣਾ ਹੁੰਦਾ, ਜਿਹੜਾ ਦਬਾਅ ਆਪਾਂ ਇਹ ਘੱਟ ਤੋਂ ਘੱਟ ਦੇਣਾ ਹੁੰਦਾ, ਯਾਨੀ ਕਿ 1.5 ਇੰਚ ਦਾ ਦੇਣਾ ਹੁੰਦਾ। ਬਹੁਤੀ ਵਾਰ ਆਪਾਂ ਦੇਖਿਆ ਨਾ, ਜਿਹੜਾ ਇਹਦਾ ਦਬਾਅ ਵਾ 1-1 ਇੰਚ ਦਬਾਅ ਛੱਡਿਆ ਹੁੰਦਾ, ਉਹਦਾ ਕੋਈ ਫਾਇਦਾ ਨਹੀਂ, ਦਬਾਅ ਸਿਰਫ 1.5 ਇੰਚ ਦਾ ਹੋਣਾ ਚਾਹੀਦਾ ਵਾ। ਆਹ ਦੇਖੋ ਵਾਲ ਤੁਹਾਡੇ ਸਾਹਮਣੇ ਆ, ਦੇਖੋ ਕਿੰਨੇ ਵਧੀਆ ਸਾਫ਼ ਸਾਫ਼ ਆਪਣੇ ਵਾਲ ਪਏ ਆ ਸਾਰੇ। ਅਤੇ ਹੁਣ ਆਪਾਂ ਤੁਹਾਨੂੰ ਬੈਲਟ ਜੜਨ ਦਾ ਸਹੀ ਤਰੀਕਾ ਦੱਸ ਦਿਆਂ ਵੀ ਕਿਵੇਂ ਬੈਲਟ ਜੜਿਆ ਜਾਂਦਾ। ਬੈਲਟ ਚੱਕ ਲਓ ਇਹ ਵਾਲਾ, ਠੀਕ ਆ ਜੀ, ਸੈਂਟਰ ਕਰਨਾ ਆਹ ਚਿੜੀ ਆ ਦੇਖੋ, ਅਤੇ ਆਹ ਝੋਲੀ ਵਾਲੀ ਸਿਲਾਈ ਆ, ਇਹਨਾਂ ਦੋਨਾਂ ਨੂੰ ਆਪਾਂ ਇਸ ਤਰੀਕੇ ਇਕੱਠੀਆਂ ਧਰ ਲਈਆਂ ਸਿਲਾਈਆਂ, ਇਕੱਠੀਆਂ ਧਰ ਕੇ ਫਿਰ ਆਪਾਂ ਹੁਣ ਲਾਵਾਂਗੇ ਸਿਲਾਈ। ਹੁਣ ਦੇਖੋ ਆਪਾਂ ਪਾਵਾਂਗੇ ਬੈਕ ਦੇ ਵਾਲ। ਆ ਗਈ ਬੈਕ ਦੀ ਸਿਲਾਈ, ਪਹਿਲਾ ਵਾਲ ਪਾਵਾਂਗੇ ਆਪਾਂ ਅੰਦਰ ਨੂੰ ਮੂੰਹ ਕਰਕੇ। ਇਸ ਤਰੀਕੇ ਨਾਲ ਆਪਣੇ ਵਾਲ ਧਰ ਲਿਆ ਦੇਖੋ, ਆ ਦੇਖੋ ਇਹ ਵਾਲਾ। ਹੁਣ ਆਪਾਂ ਨੇ ਕੀ ਕਰਨਾ ਗਾ, ਆਪਾਂ ਨਾ ਇਸ ਤਰ੍ਹਾਂ ਹੀ ਨਹੀਂ ਵਾਲ ਚੱਕਦੇ, ਜਦੋਂ ਆਪਾਂ ਇੱਦਾਂ ਵਾਲ ਚੱਕ ਲੈਂਦੇ ਨਾ ਕਈ ਵਾਰ ਇੱਥੇ ਵਾਲ ਪੈ ਜਾਂਦਾ ਗਾ। ਹੁਣ ਆਪਾਂ ਜਦੋਂ ਇੱਧਰੋਂ ਸਿਲਾਈ ਖਤਮ ਹੋ ਗਈ, ਇੱਥੋਂ ਆਪਾਂ ਨੇ
ਕੱਪੜਾ ਇੱਕ ਸਾਰ ਲੈ ਕੇ ਆਉਣਾ। ਦੇਖੋ ਜਿੱਥੋਂ ਆਪਾਂ ਸ਼ੁਰੂ ਕਰੀ ਸੀ ਸਿਲਾਈ, ਇੱਥੋਂ ਸ਼ੁਰੂ ਕਰੀ ਸੀ, ਇੱਥੋਂ ਆਪਾਂ ਕੱਪੜਾ ਫੜ ਲੈਣਾ, ਇੱਕ ਸਾਰ ਕਰਕੇ ਆਪਾਂ ਨੇ ਕੱਪੜਾ ਧਰਨਾ ਗਾ। ਅਤੇ ਹੁਣ ਆਹ ਦੇਖੋ ਇੰਨਾ ਕੁ ਵਲ ਪੈ ਗਿਆ, ਠੀਕ ਆ। ਇਹ ਕਈ ਵਾਰ ਪਤਾ ਕੀ ਹੁੰਦਾ, ਇੱਕ ਪਾਸੇ ਤਾਂ ਦੇਖੋ ਵੱਡਾ ਵਲ ਹੋ ਜਾਂਦਾ, ਇੱਕ ਪਾਸੇ ਥੋੜ੍ਹਾ ਜਿਹਾ ਛੋਟਾ ਹੋ ਜਾਂਦਾ, ਇਹਦਾ ਕੋਈ ਚੱਕਰ ਨਹੀਂ ਹੁੰਦਾ। ਜੇ ਮਾੜਾ ਜਿਹਾ ਵੱਡਾ ਛੋਟਾ ਹੋ ਜੇ ਤਾਂ ਇਹਦਾ ਕੋਈ ਚੱਕਰ ਨਹੀਂ, ਇੱਦਾਂ ਵੀ ਦੇਖੋ ਇਹ ਚੱਲ ਜਾਂਦਾ ਗਾ। ਕਈ ਵਾਰ ਕੱਪੜਾ ਥੋੜ੍ਹਾ ਜਿਹਾ ਘੱਟ ਜਾਂਦਾ ਗਾ, ਹੁਣ ਜਦੋਂ ਆਪਾਂ ਸਿਲਾਈ ਲਾਉਣੀ ਆ। ਕਈ ਵਾਰ ਆਪਾਂ ਦੇਖਦੇ ਹਾਂ ਵਲ ਨਾ ਨਿਕਲ ਜਾਂਦੇ ਆ ਸਿਲਾਈ 'ਚੋਂ, ਉਹ ਦੇਖੋ ਆਪਾਂ ਨੇ ਸੈੱਟ ਕਰਕੇ ਧਰਨੇ ਆ ਵੀ ਜਿਹੜਾ ਦਬਾਅ ਸਾਰਾ ਆ ਸਕੇ ਵਲਾਂ ਦੇ ਵਿੱਚ। ਹੁਣ ਆਪਾਂ ਸਿਲਾਈ ਕੱਢਣੀ ਨਹੀਂ ਹੈਗੀ। ਹੁਣ ਦੇਖੋ ਜਿਹੜੇ ਉੱਪਰਲੇ ਵਲ ਆ ਨਾ, ਦੇਖੋ ਆਹ ਦੇਖੋ ਇਸ ਤਰੀਕੇ ਨਾਲ ਇਹਨੂੰ ਆਪਾਂ ਉੱਪਰ ਸਿਲਾਈ ਲਾਉਣੀ, ਯਾਨੀ ਕਿ ਇਹਨੂੰ ਦੱਬਣਾ ਵਲਾਂ ਨੂੰ ਇਸ ਤਰੀਕੇ ਨਾਲ। ਅਸੀਂ ਆਪਾਂ ਦੂਜੇ ਪਾਸੇ ਲਾਵਾਂਗੇ। ਜਦੋਂ ਆਪਾਂ ਅੰਟਰਲੋਕ ਕਰਦੇ ਹਾਂ ਉਦੋਂ ਦੇਖੋ ਜਿਹੜੇ ਵਾਲ ਆ ਵੀ ਇਹ ਖਰਾਬ ਨਹੀਂ ਹੁੰਦੇ, ਵੀ ਉਦੋਂ ਦੇਖੋ ਅੰਟਰਲੋਕ ਬਹੁਤ ਵਧੀਆ ਹੁੰਦੀ ਹੈ। ਜੇ ਹੁਣ ਮੰਨ ਲਓ ਤੁਸੀਂ ਇਸ ਤਰੀਕੇ ਨਾਲ ਅੰਟਰਲੋਕ ਕਰਦੇ ਹੋ ਤਾਂ ਦੇਖੋ ਵਾਲ ਇਹਦੇ ਇਸ ਤਰੀਕੇ ਨਾਲ ਹੋ ਜਾਂਦੇ, ਕੋਈ ਵਾਲ ਨਿਕਲ ਜਾਂਦਾ, ਕੋਈ ਅੰਟਰਲੋਕ ਦੇ ਵਿੱਚ ਆ ਜਾਂਦਾ। ਪਰ ਜਦੋਂ ਆਪਾਂ ਨੇ ਉੱਪਰ ਸਿਲਾਈ ਲਾ ਤੀ ਤਾਂ ਜਿਹੜੀ ਅੰਟਰਲੋਕ ਆ ਉਹ ਸਾਰੇ ਵਾਲਾਂ ਦੇ ਉੱਤੇ ਹੋ ਜੂਗੀ। ਹੁਣ ਆਪਾਂ ਨੇ ਕੀ ਕਰਨਾ, ਹੁਣ ਜਿਹੜੇ ਇਹ ਵਾਲ ਆ ਗਏ ਨਾ, ਇਹਨੂੰ ਮਾੜਾ ਮਾੜਾ ਛਾਂਟਣਾ, ਸਿਰਫ ਸੂਤ ਸੂਤ ਵੀ ਜਿਹੜਾ ਵੱਧ ਘੱਟ ਆ ਬਸ ਉਹ ਵੀ ਇੱਕ ਸਾਰ ਹੋ ਜਾਵੇ। ਤਾਂ ਜਦੋਂ ਆਪਾਂ ਇਹ 'ਤੇ ਓਵਰਲਾਕ ਕਰਾਂਗੇ ਤਾਂ ਉਦੋਂ ਜਿਹੜੀ ਓਵਰਲਾਕ ਆਪਣੀ ਸਹੀ ਹੋ ਜੇ। ਇਹ ਕੱਟਣੇ ਬਹੁਤ ਜ਼ਰੂਰੀ ਹੁੰਦੇ ਆਗੇ, ਵੀ ਜਦੋਂ ਵੀ ਬਾਤ ਘਾਟ ਹੋ ਜਾਂਦੀ ਆ ਤਾਂ ਇਹਨੂੰ ਕੱਟ ਦਿਓ। ਹੁਣ ਆਪਾਂ ਤੁਹਾਨੂੰ ਵਾਲ ਦਿਖਾਉਂਦੇ ਹਾਂ, 5 ਮਿੰਟ ਵੀ ਨਹੀਂ ਲੱਗੇ ਦੇਖੋ ਵਲ ਪੈਣ 'ਤੇ, ਇੰਨੇ ਸੌਖੇ ਤਰੀਕੇ ਨਾਲ ਵਲ ਪਾਏ ਆਪਾਂ ਨੇ। ਆਹ ਦੇਖੋ ਇੱਕ ਸਾਰ ਵਲ ਆ ਗਏ, ਕੋਈ ਬਾਤ ਘਾਟ ਨਹੀਂ ਹੈਗੀ ਵਲਾਂ 'ਤੇ। ਦੇਖੋ ਬਿਲਕੁਲ ਸਹੀ ਤਰੀਕੇ ਨਾਲ ਵਲ ਆਏ ਆਪਣੇ ਸਾਰੇ, ਕਿਤੇ ਵੀ ਵਲ ਨਹੀਂ ਪਿਆ। ਇਹ ਆਪਣੀ ਬੈਕ ਸਾਈਡ ਵਾਲੇ ਵਾਲਾ ਦੇਖੋ, ਜਿਹੜੇ ਬੈਕ 'ਤੇ ਵਲ ਪਾਏ ਆਪਾਂ ਨੇ 2, ਇਹ ਉਹ ਵਾਲੇ ਵਾਲਾ ਦੇਖੋ। ਹੁਣ ਆਪਾਂ ਨੇ ਜਦੋਂ ਆਪਣੇ ਵਲ ਸਾਰੇ ਪਏ ਗਏ ਤਾਂ ਆਪਾਂ ਕਈ ਵਾਰ ਦੇਖੋ ਸਿਲਾਈ ਨਾ ਆਪਾਂ ਐਂ ਛੱਡ ਦਿੰਦੇ ਹਾਂ ਵੀ ਚਲੋ ਹੁਣ ਆਪਾਂ ਨੇ ਬੈਲਟ ਤਾਂ ਜੜਤਾ ਵੀ ਉੱਪਰ ਸਿਲਾਈ ਕਿਉਂ ਕਾਹਦੇ ਵਾਸਤੇ ਲਾਉਣੀ ਆ। ਪਰ ਜਿਹੜੀ ਆਪਾਂ ਉੱਪਰ ਸਿਲਾਈ ਲਾਉਣੀ ਆ ਇਹ ਦੇਖੋ ਪਹਿਲਾਂ ਆਪਣੀ ਦੇਖੋ ਸਿੰਗਲ ਸਿਲਾਈ ਲੱਗੀ ਹੋਈ ਆ, ਆਹ ਸਿੰਗਲ ਸਿਲਾਈ ਆ। ਕਈ ਵਾਰ ਨਾ ਕੀ ਹੁੰਦਾ ਸਿਲਾਈ ਟੁੱਟ ਜਾਂਦੀ ਆ, ਧਾਗਾ ਟੁੱਟ ਜਾਂਦਾ ਗਾ, ਅਤੇ ਜਦੋਂ ਹੁਣ ਆਪਾਂ ਡਬਲ ਸਿਲਾਈ ਲਾ ਦਾਂਗੇ, ਹੁਣ ਇਹਦੇ ਨਾ ਆਪਾਂ ਉੱਪਰ ਸਿਲਾਈ ਲਾਉਣੀ ਆ ਇਹਦੇ ਨਾਲ ਨਾਲ ਇਸ ਤਰੀਕੇ ਨਾਲ ਲਾ ਦਾਂਗੇ। ਬਸ ਸਾਰੇ 'ਤੇ ਆਪਾਂ ਇੱਦਾਂ ਹੀ ਸਿਲਾਈ ਲਾਉਣੀ ਆ। ਦੇਖੋ ਬੈਲਟ ਆਪਣਾ ਲੱਗ ਚੁੱਕਿਆ, ਘੇਰੇ ਇਹ ਦੇਖੋ ਬਹੁਤ ਵੱਡਾ, ਦੇਖੋ ਕੱਪੜਾ ਬਹੁਤ ਜ਼ਿਆਦਾ ਹੈਗਾ। ਆਹ ਦੇਖੋ ਘੇਰੇ ਦਾ ਬਹੁਤ ਵੱਡਾ ਗਾ, ਅਤੇ ਦੇਖੋ ਵੀ ਵੱਡੇ ਘੇਰਾ ਹੁੰਦਾ ਜਿਹੜਾ ਅਤੇ ਛੋਟਾ ਬੈਲਟ ਹੁੰਦਾ, ਵੀ ਉਹਨੂੰ ਆਪਾਂ ਕਿਸ ਤਰ੍ਹਾਂ ਸੈੱਟ ਕਰੀਏ। ਦੇਖੋ ਘੇਰ ਬਹੁਤ ਵੱਡਾ ਗਾ, ਬੈਲਟ ਛੋਟਾ ਗਾ, ਇਸ ਤਰੀਕੇ ਨਾਲ ਆਪਦੇ ਵਲ ਪਾਏ ਆ। ਇਹ ਆਪਾਂ ਤੁਹਾਨੂੰ ਸਾਰਾ ਦੱਸਿਆ ਵੀ ਕਿਸ ਤਰ੍ਹਾਂ ਇੱਕ ਨਾਲ ਪਾਉਣਾ, ਕਿਵੇਂ ਕਰੀਦਾ ਵਲ ਪਾਉਣਾ ਗਾ। ਇਹ ਆਪਣੀ ਅੱਜ ਦੀ ਵੀਡੀਓ, ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਅਤੇ ਨਾਲ ਦੀ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਲੱਗੀ। ਚਲੋ ਮਿਲਦੇ ਹਾਂ ਜੀ ਹੁਣ ਆਪਾਂ ਅਗਲੀ ਵੀਡੀਓ ਨਾਲ।